ਜਦੋਂ ਸਰਕਾਰ ਬਣਦੀ ਹੈ ਡੀਲ ਕਰ ਲੈਂਦੇ ਨੇ ਵੀ ਇਸ ਵਾਰ ਸਰਕਾਰ ਆਈ ਤੁਹਾਨੂੰ ਪਤਾ ਇਲੈਕਸ਼ਨ ਤੇ 20000 ਕਰੋੜ ਰੁਪਿਆ ਬੱਚੇ ਬੱਚੇ ਨੂੰ ਪਤਾ ਮੀਡੀਆ ਨੂੰ ਅੰਬਾਨੀਆਂ ਨੇ ਦਿੱਤਾ ਕਿ ਪ੍ਰਚਾਰ ਕਰੋ ਪ੍ਰਚਾਰ ਕਰੋ ਪ੍ਰਚਾਰ ਕਰੋ ਘਰ ਘਰ ਮੋਦੀ ਹਰ ਹਰ ਮੋਦੀ ਕਰੋ ਕਰਵਾਤਾ ਠੀਕ ਹੈ ਹੁਣ ਮੋਦੀ ਜੀ ਨੇ ਤਾਂ ਫਿਰ ਮਲਬੋੜ ਨਹੀਂ ਸੀ ਨਾ ਮੋਦੀ ਜੀ ਨੇ ਕਿਹਾ ਅਰੇ ਭਾਈ ਸਾਹਿਬ ਹਮਾਰੀ ਸਰਕਾਰ ਆਨੇ ਦੋ ਤੁਮੇ ਪੰਜਾਬ ਦੇ ਦੇਂਗੇ ਪੰਜਾਬ ਕੇ ਖੇਤ ਦੇ ਦੇਂਗੇ ਹਰਿਆਣਾ ਦੇ ਦੇਂਗੇ ਹਰਿਆਣੇ ਕੇ ਖੇਤ ਦੇ ਦੇ ਤੁਸੀਂ ਸਾਲੇ ਲੱਗਦੇ ਹੋ ਸਾਡੇ ਖੇਤਾਂ ਦੇ ਸਿੱਟੇ ਕੇ ਲੱਗਦੇ ਹੋ ਸਾਡੇ ਬਜ਼ੁਰਗਾਂ ਦੀਆਂ ਢੂਈਆਂ ਰਹਿ ਗਈਆਂ ਬਲਦਾਂ ਤੋਂ ਕੰਮ ਸ਼ੁਰੂ ਹੋਇਆ ਸੀ ਬਲਦਾਂ ਤੋਂ ਸਹੀ ਗੱਲ ਹੈ ਬਾਈ ਅੱਜ ਕੱਲੇ ਕੱਲੇ ਘਰ 'ਚ ਜੌਨ ਡੀਅਰ ਹੈ ਅੱਜ ਕੱਲੇ ਕੱਲੇ ਘਰ 'ਚ ਟਰੈਕਟਰ ਹੈ ਕਿੱਥੋਂ ਸ਼ੁਰੂ ਹੋਇਆ ਸਾਡੇ ਬਜ਼ੁਰਗਾਂ ਨੇ ਮਿਹਨਤ ਕੀਤੀ ਹੈ ਤੁਸੀਂ ਸਾਨੂੰ ਫੇਰ ਜਦੋਂ ਤਾਂ ਹਰੀ ਕ੍ਰਾਂਤੀ ਦੇ ਨਾਂ ਤੇ ਤੁਹਾਨੂੰ ਪੰਜਾਬ ਤੇ ਹਰਿਆਣੇ ਦੀ ਲੋੜ ਸੀ ਤੁਸੀਂ ਤਰਲੇ ਕੱਢਦੇ ਸੀ ਸਾਡੇ ਤਰਲੇ ਜਦੋਂ ਅਮਰੀਕਾ ਤੋਂ ਤੁਹਾਨੂੰ ਮਾੜੇ ਕਿਸਮ ਦਾ ਅਨਾਜ ਆਉਂਦਾ ਸੀ ਉਹ ਵੀ ਮਹਿੰਗੇ ਰੇਟ ਤੇ ਉਦੋਂ ਤੁਸੀਂ ਤਰਲੇ ਕੱਢਦੇ ਸੀ ਅਨਾਜ ਜੀ ਅਨਾਜ ਬੀਜੋ ਅਨਾਜ ਦੇਸ਼ ਦਾ ਢਿੱਡ ਭਰੋ ਅੱਜ ਤੁਹਾਡੀਆਂ ਲੋੜਾਂ ਪੂਰੀਆਂ ਹੋ ਗਈਆਂ ਹਰੀ ਕ੍ਰਾਂਤੀ ਦੇ ਨਾਂ ਤੇ ਤੁਸੀਂ ਸਾਡੇ ਪਿੱਠ ਤੇ ਛੁਰਾ ਮਾਰਤਾ ਤੇ ਅੱਜ ਤੁਸੀਂ ਕਹਿ ਰਹੇ ਹੋ ਅਸੀਂ ਜੀ ਤੁਹਾਨੂੰ ਪ੍ਰਾਈਵੇਟ ਕਰਨ ਖੇਤੀ ਕਰਨੀ ਸਿਖਾਵਾਂਗੇ ਕਿਉਂ ਅਸੀਂ ਭੁੱਲੇ ਆ ਸਾਡਾ ਤਾਂ 4 ਸਾਲ ਦਾ ਜਵਾਰੀ ਟਰੈਕਟਰ ਤੇ ਚੜ ਜਾਂਦਾ ਤੁਸੀਂ ਸਿਖਾਉਂਗੇ ਤੁਸੀਂ ਸਿਖਾਉਂਗੇ ਤੁਹਾਨੂੰ ਖੇਤੀ ਕਰਨੀ ਅਸੀਂ ਤੁਹਾਨੂੰ ਨਵਾਂ ਕਰਨ ਦਵਾਂਗੇ ਪ੍ਰਾਈਵੇਟ ਕਰਨ ਦਵਾਂਗੇ ਕਿਉਂ ਦਵਾਂਗੇ ਜੀ ਅੱਛਾ ਸੁਣ ਲਓ ਹੁਣ ਮੈਂ ਉਹ ਗੱਲ ਤੇ ਆਉਣਾ ਪਿੱਛੇ ਜੇ ਕਰੋਨਾ ਹੋਇਆ ਇਹ ਤਾਂ ਧਰਨੇ ਦੇ ਤਾਂ ਹਲੇ ਸ਼ੁਰੂਆਤ ਹੋਈ ਆ ਲੜਾਈ ਬਹੁਤ ਲੰਬੀ ਜਾਣੀ ਆ ਆਪਾਂ ਪਿੱਛੇ ਨਹੀਂ ਹਟਣਾ ਮੈਨੂੰ ਬਹੁਤ ਵੀਰ ਕਹਿੰਦੇ ਨੇ ਵਿਚਾਰ ਚੱਪ ਤੇ ਆਉਂਦੀ ਆ ਵੀ ਫਸਲ ਆ ਗਈ ਇਹਨਾਂ ਹੁਣ ਫਸਲ ਆ ਗਈ ਸਭ ਨੇ ਬਿਜ਼ੀ ਹੋ ਜਾਣਾ ਆਪਦੇ ਆਪਦੇ ਕੰਮ 'ਚ ਪਰ ਨਹੀਂ ਇੱਕ ਵਾਰੀ ਫਸਲ ਆ ਗਈ ਅਸੀਂ ਵਾਰੀਆਂ ਵੰਡ ਲਾਂਗੇ ਫਤੇ ਪਾ ਲਾਂਗੇ ਪਿੰਡਾਂ 'ਚ ਵੀ ਅਸੀਂ 4 ਪਿੰਡੇ ਜਾਣਗੇ 5 ਪਿੰਡੇ ਜਾਣਗੇ ਕਿੰਨੇ ਦਿਨਾਂ ਦੀ ਗੱਲ ਆ ਟੈਕਨੀਕਲ ਟਰੈਕਟਰ ਨੇ ਸਾਰਿਆਂ ਕੋਲ 20 ਦਿਨਾਂ 'ਚ ਮੁੱਕ ਜੂਗਾ ਨਾ ਕੰਮ 20 ਦਿਨਾਂ ਤੋਂ ਬਾਅਦ ਤਾਂ ਫੇਰ ਮੈਦਾਨ 'ਚ ਆਵਾਂਗੇ ਇਹ ਨਾ ਸੋਚੋ ਵੀ ਇਸ ਤੇ ਅੰਦਰ ਵੜ ਕੇ ਵੀ ਮੀਟਿੰਗਾਂ ਕਰਕੇ ਅੱਗੇ ਪਾਰ ਹੋ ਗਿਆ ਅੱਜ ਨੌਜਵਾਨ ਆਏ ਨੇ ਨੌਜਵਾਨ ਕਰਤਾ ਪਲਟਣ ਲਈ ਆਏ ਨੇ ਉਹ ਬਿਲਕੁਲ ਇੱਕ ਨਾਰਾ ਦੇ ਦਿਓ ਮੈਨੂੰ ਥੋੜਾ ਜੋਸ਼ ਆ ਜਾਂਦਾ ਪੰਜਾਬ ਹਰਿਆਣਾ ਏਕਤਾ ਪੰਜਾਬ ਹਰਿਆਣਾ ਏਕਤਾ ਜਿੰਦਾਬਾਦ ਇਹ ਸ਼ੰਭੂ ਬਾਰਡਰ ਤੇ ਵੀ ਕਿਹਾ ਸੀਗਾ ਚਲੋ ਠੀਕ ਹੈ ਸਰਕਾਰਾਂ ਨੇ ਸਾਡੇ ਵਿਚਾਰਕ ਮਤ ਭੇਦ ਬਹੁਤ ਬਣਾਤੇ ਪਰ ਹੈ ਤਾਂ ਚਾਚੇ ਤਾਂ ਇਹਦੇ ਪੁੱਤਾਂ ਨਾ ਨੌਹਾਂ ਨਾਲੋਂ ਵਾਸ ਕਦੇ ਵੱਖ ਨਹੀਂ ਹੁੰਦਾ ਜਿੰਨਾ ਮਰਜ਼ੀ ਜ਼ੋਰ ਲਾ ਕੇ ਦੇਖ ਲਓ ਹੁਣ ਕੀ ਇਹ ਮੁੱਦਾ ਕਰੋਨਾ ਹੋਇਆ ਪਿੱਛੇ ਜੇ ਪੂਰੀ ਦੁਨੀਆ ਦਾ ਹਿੰਦੁਸਤਾਨ ਦੀ ਗੱਲ ਕਰਦਾ ਮੈਂ ਧੂਆਂ ਨਿਕਲ ਗਿਆ ਧੂਆਂ ਅਨਾਜ ਇਹਨਾਂ ਨੇ ਪੰਜਾਬ ਤੇ ਹਰਿਆਣੇ ਤੋਂ ਨਾ 1 ਲੱਖ ਟਨ ਨਾ 2 ਲੱਖ ਟਨ ਮਿਹਨਤਾਂ ਕਰਕੇ 40 ਲੱਖ ਟਨ ਲਿਆ ਵੀ ਸਾਨੂੰ ਸਾਨੂੰ ਰੋਟੀ ਨਹੀਂ ਮਿਲਦੀ ਬ੍ਰੈਡ ਖਾ ਖਾ ਕੇ ਅੱਕ ਗਏ ਕਣਕ ਭੇਜੋ ਕਣਕ ਜੇ 6 ਮਹੀਨੇ ਨਾ ਬੀਜੀਏ ਨਾ ਜੇ 6 ਮਹੀਨੇ ਨਾ ਬੀਜੀਏ ਲੱਕ ਨਾਲ ਵੀ ਘਰ ਕੱਢ ਜਾਣਗੀਆਂ ਨਵੀਂ ਐ ਮਿਹਨਤਾਂ ਕਰਨਗੇ ਬਸ ਗੱਲ ਇਹ ਆ ਤੁਹਾਡੇ ਸੰਘਰਸ਼ ਨੇ ਐਡਾ ਜਵਾਨੀ ਦੇ ਜੋਰ ਫੜਿਆ ਹੋਇਆ ਬਸ ਪਿੱਛੇ ਨਾ ਹਟਿਓ ਮੈਂ ਇਹੀ ਬੇਨਤੀ ਕਰਨਾ ਆ ਹੱਥ ਬੰਨ ਕੇ ਸਾਡੇ ਤੇ ਪਰਚੇ ਪਾ ਦੋ ਕਿੰਨੀਆਂ ਜੇਲ੍ਹਾਂ 'ਚ ਕਿੰਨੀਆਂ ਭਰ ਦੇਣਗੇ ਯਾਰ ਕਿੰਨੀਆਂ ਨੂੰ ਬਿਠਾ ਦੇਣਗੇ ਜੇਲ੍ਹਾਂ 'ਚ ਕਿਹੜੀਆਂ ਜੇਲ੍ਹਾਂ ਇਨਕਲਾਬ ਨੂੰ ਕੋਈ ਜੇਲ੍ਹ ਨਹੀਂ ਰੱਖ ਸਕਦੀ ਪਰ ਵੀਰੇ ਅੱਜ ਤੁਹਾਨੂੰ ਕਿੰਨੀਆਂ ਮਰਜ਼ੀ ਸਿਆਸੀ ਪਾਰਟੀਆਂ ਰਿਆ ਕੇ ਕਈ ਜਾਣ ਅਸੀਂ ਤੁਹਾਡਾ ਹੱਲ ਕਰਾਵਾਂਗੇ ਅਸੀਂ ਤੁਹਾਡਾ ਹੱਲ ਕਰਾਵਾਂਗੇ ਕਿਸੇ ਦੇ ਪਿੱਛੇ ਨਾ ਲੱਗਿਓ ਉਹਨਾਂ ਨੂੰ ਤੁਸੀਂ ਕਹੋ ਜੇ ਤੁਸੀਂ ਸਾਡਾ ਹੱਲ ਕਰਾਓਗੇ ਤਾਂ ਕਿਸਾਨ ਯੂਨੀਅਨ ਦੇ ਝੰਡੇ ਥੱਲੇ ਆ ਕੇ ਕਰਾਓ ਆਪਣੀ ਪਾਰਟੀ ਦਾ ਝੰਡਾ ਨਾ ਲੈ ਕੇ ਆਓ ਸਾਡੀ ਸਟੇਜ ਤੇ ਜੇ ਕੋਈ ਲੀਡਰ ਬੋਲਦਾ ਹੈ ਹਾਂ ਜੇ ਕੋਈ ਲੀਡਰ ਆ ਕੇ ਕਹਿੰਦਾ ਵੀ ਮੇਰੀ ਪਾਰਟੀ ਆ ਮੈਂ ਹੱਲ ਕਰਾਉਂਗਾ ਫੜ ਕੇ ਥੱਲੇ ਲਾ ਲਿਓ ਜਦੋਂ ਵੀ ਪਾਸੇ ਹੋ ਜਾ ਕਰਨਾ ਨਾ ਵਧੀਆ ਸਾਡੇ ਨੌਜਵਾਨ ਬੋਲ ਲੈਂਦੇ ਨੇ ਇਹ ਰਾਜਨੀਤੀ ਦਾ ਟਾਈਮ ਨਹੀਂ ਇਹ ਰਾਜਨੀਤੀ ਦਾ ਟਾਈਮ ਨਹੀਂ ਇਹ ਰਣਨੀਤੀ ਦਾ ਟਾਈਮ ਹੈ ਇਹ ਰਣਨੀਤੀ ਦਾ ਟਾਈਮ ਹੈ ਜਿਹੜੀ ਆਪਾਂ ਨੂੰ ਬਣਾਉਣੀ ਪੈਣੀ ਆ ਖੇਤ ਵੀ ਆਪਣੇ
ਖੇਤ ਵੀ ਆਪਣੇ ਨੇ ਇਹਨਾਂ ਨੇ ਸਿਆਸਤ ਕਰਨੀ ਹੈ ਹੋਰ ਕੁਝ ਨਹੀਂ ਕਰਨਾ ਸੋ ਡਟੇ ਰਹੋ ਵੀਰੋ ਸ਼ਾਂਤੀ ਜਿਹੜਾ ਭਰਾ ਸ਼ਾਂਤ ਭਾਈ ਭਾਈ ਡਟੇ ਬਹੁਤ ਮਾਣ ਸਤਿਕਾਰ ਦਿੱਤਾ ਇੱਥੇ ਸਾਡੇ ਬਹੁਤ ਪ੍ਰੋਗਰਾਮ ਲਵਾਏ ਨੇ ਤੁਸੀਂ ਸਾਨੂੰ ਵੱਡੀ ਵੱਡੀ ਕਾਰਾਂ ਦੇ ਮਾਲਕ ਬਣਾਇਆ ਤੁਸੀਂ ਕਿਉਂਕਿ ਕਲਾਕਾਰ ਦਾ ਕੋਈ ਸੂਬਾ ਨਹੀਂ ਕੋਈ ਧਰਮ ਨਹੀਂ ਕੋਈ ਜਾਤ ਨਹੀਂ ਇਹ ਨਹੀਂ ਕਿਸਾਨ ਦਾ ਕੋਈ ਸੂਬਾ ਨਹੀਂ ਕੋਈ ਧਰਮ ਨਹੀਂ ਕੋਈ ਜਾਤ ਨਹੀਂ ਜੇ ਕਿਸਾਨ ਦਾ ਕੋਈ ਧਰਮ ਹੈ ਤਾਂ ਪਹਿਲਾ ਧਰਮ ਹੈ ਕਿਸਾਨੀ ਜੇ ਅੱਜ ਅਸੀਂ ਘਰੋਂ ਨਿਕਲੇ ਹਾਂ ਤਾਂ ਆਪਣੇ ਖੇਤਾਂ ਲਈ ਨਿਕਲੇ ਹਾਂ ਸਾਨੂੰ ਨਹੀਂ ਪਤਾ ਬਾਕੀ ਦੁਨੀਆ 'ਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਨਕਲਾਬ ਆਊਗਾ ਨਹੀਂ ਆਊਗਾ ਇਨਕਲਾਬ ਵੀ ਤਾਂ ਹੀ ਆਊਗਾ ਨਾ ਜੇ ਸਾਡੇ ਖੇਤ ਬਚਣਗੇ ਜੇ ਖੇਤਾਂ 'ਚ ਦਾਣੇ ਹੋਣਗੇ ਬਾਕੀ ਗੱਲਾਂ ਵੀ ਅਸੀਂ ਤਾਂ ਹੀ ਕਰਾਂਗੇ ਬਾਕੀ ਮੁੱਦੇ ਵੀ ਤਾਂ ਹੀ ਚੱਕਾਂਗੇ ਜੇ ਸਾਡੇ ਕੋਲ ਸਾਡੇ ਰੁਜ਼ਗਾਰ ਰਹਿਣਗੇ ਸੋ ਤੁਹਾਨੂੰ ਜਿੱਥੇ ਸਿਆਣੇ ਬੈਠੇ ਹੋਣ ਉੱਥੇ ਨਿਆਣਿਆਂ ਦਾ ਬੋਲਣਾ ਕੋਈ ਜ਼ਿਆਦਾ ਜ਼ਰੂਰੀ ਨਹੀਂ ਮੈਂ ਸਮਝਦਾ ਕਿਉਂਕਿ ਸੁਣਨਾ ਜ਼ਰੂਰੀ ਹੈ ਸਿਆਣਿਆਂ ਨੂੰ ਇਹ ਸਿਆਣਿਆਂ ਦੀ ਕਹਾਵਤ ਆ ਮੈਂ ਜ਼ਿਆਦਾ ਤੁਹਾਡਾ ਟਾਈਮ ਨਹੀਂ ਲਵਾਂਗਾ ਤੁਸੀਂ ਬਹੁਤ ਦੂਰੋਂ ਦੂਰੋਂ ਚੱਲ ਕੇ ਆਏ ਹੋ ਪਰ ਇੱਕ ਗੱਲ ਦਿਲੋਂ ਕੱਢ ਦਿਓ ਇਹ ਲੜਾਈ ਆ ਜਿਹੜੀ ਇੱਕਜੁੱਟ ਹੋ ਕੇ ਆਪਾਂ ਨੂੰ ਲੰਬਿਆ ਹੋ ਕੇ ਲੰਬੀ ਲੜਨੀ ਪੈਣੀ ਹੈ ਕਿਉਂ ਕਿਉਂਕਿ ਸਾਨੂੰ ਤਾਂ ਦੇਖੋ ਸਾਨੂੰ ਤਾਂ ਸ਼ੰਭੂ ਦਾ ਬੈਰੀਅਰ ਨਹੀਂ ਟੱਪਣ ਦਿੰਦੇ ਹੈਗੇ ਜਿਹੜੇ ਮੋੜ ਦਿੰਦੇ ਨੇ ਅਗਲਾ ਮੋਰਚਾ ਜਿਹੜਾ ਸ਼ੰਭੂ ਤੋਂ ਅੱਗੇ ਤੁਸੀਂ ਆਉਣਾ ਸ਼ੰਭੂ ਤੇ ਤੁਸੀਂ ਪਹੁੰਚਣਾ ਸਾਨੂੰ ਤੁਸੀਂ ਲੈ ਕੇ ਜਾਣਾ ਦਿੱਲੀ ਤੱਕ ਸਾਡੀ ਆਵਾਜ਼ ਤੁਸੀਂ ਬਣਨਾ ਕਿਉਂਕਿ ਅੱਜ ਜਵਾਨੀ ਤਖਤਾ ਪਲਟ ਨੂੰ ਤਿਆਰ ਬੈਠੀ ਹੈ ਚਾਹੇ ਜਿਹੜੀ ਮਰਜ਼ੀ ਸਰਕਾਰ ਹੈ ਚਾਹੇ ਉਹ ਦਿੱਲੀ ਦੀ ਹੈ ਚਾਹੇ ਪੰਜਾਬ ਦੀ ਹੈ ਚਾਹੇ ਹਰਿਆਣੇ ਦੀ ਹੈ ਇਹਨਾਂ ਲੀਡਰਾਂ ਦੇ ਦਿਲ 'ਚ ਇਹਨਾਂ ਲੀਡਰਾਂ ਦੇ ਦਿਲ 'ਚ ਜੇ ਅੱਜ ਇੰਨਾ ਪਿਆਰ ਹੈ ਕਿਸਾਨਾਂ ਲਈ ਰਾਹੁਲ ਜੀ ਹਰਿਆਣੇ ਦਾ ਦੌਰਾ ਪੰਜਾਬ ਦਾ ਦੌਰਾ ਅਸੀਂ ਦਿੱਲੀ ਜਾ ਰਹੇ ਹਾਂ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਉਹ ਰਾਜਨੀਤੀ ਕਰਨ ਪੰਜਾਬ 'ਚ ਆ ਰਹੇ ਨੇ ਅੱਜ ਕਿਤੇ ਹਰਿਆਣੇ 'ਚ ਆ ਰਹੇ ਨੇ ਜੇ ਤੁਸੀਂ ਕੋਈ ਧਰਨਾ ਲਾਉਣਾ ਤੁਸੀਂ ਉਹਨਾਂ ਦੇ ਦਰ ਮੂਹਰੇ ਜਾ ਕੇ ਅਸੈਂਬਲੀ ਮੂਹਰੇ ਜਾ ਕੇ ਗੱਲ ਹੋਣਾ ਵੀ ਤੁਸੀਂ ਕਿਸਾਨਾਂ ਨਾਲ ਪਾੜਾ ਕਰ ਰਹੇ ਹੋ ਤੁਹਾਡਾ ਕੋਈ ਫਰਕ ਨਹੀਂ ਬਣਦਾ ਇਹ ਚੀਜ਼ਾਂ ਕਰਨ ਦਾ ਇਹ ਰਾਜਨੀਤੀ ਹੈ ਬਾਈ ਜੀ ਦੇਖੋ ਚੌਧਰੀ ਦੇਵੀ ਲਾਲ ਕਿੱਥੋਂ ਉਪਜੋਈ ਉਸ ਪਾਰਟੀ ਦੀ ਹਰੀ ਕ੍ਰਾਂਤੀ ਤੋਂ ਹਰਿਆਣੇ ਦੇ ਸਾਰੇ ਲੋਕ ਉਹਨਾਂ ਨੂੰ ਰੱਬ ਵਾਂਗੂ ਪੂਜਦੇ ਆ ਜਿਹੜਾ ਕਿਸਾਨ ਜਿਹਦੇ ਪਿੱਛੇ ਕਿਸਾਨ ਲੱਗਦਾ ਉਹਨਾਂ ਨੂੰ ਲੱਗਦਾ ਕਿ ਚੌਧਰੀ ਜਿਹੜਾ ਦੇਵੀ ਲਾਲ ਹੈ ਉਹ ਕਿਸਾਨਾਂ ਦਾ ਦੇਵਤਾ ਉਹਨੇ ਕਿਸਾਨਾਂ ਦੀ ਗੱਲ ਕਰੀ ਹੈ ਅੱਜ ਉਹਨਾਂ ਦੇ ਵਾਰਸ ਸੱਤਾ ਦੇ ਵਿੱਚ ਨੇ ਇੱਕ ਗੱਲ ਮੈਂ ਇੱਥੇ ਹੋਰ ਕਹਿ ਦੇਣਾ ਚਾਹੁੰਦਾ ਤੁਹਾਡੇ ਰਾਜ ਦੇ ਮੁੱਖ ਮੰਤਰੀ ਖੱਟੜ ਸਾਹਿਬ ਜਿਹਨਾਂ ਨੂੰ ਤੁਸੀਂ ਖੱਟੜ ਕਹਿੰਦੇ ਹੋ ਚਲੋ ਬਾਕੀ ਕਿਸੇ ਦੀ ਗੱਲ ਮੋਦੀ ਜੀ ਨਹੀਂ ਸੁਣਦੇ ਸੁਣ ਲਓ ਹਾਂ ਚਲੋ ਤੁਸੀਂ ਉਹਨਾਂ ਨੂੰ ਬੜਾ ਮਾਣ ਸਤਿਕਾਰ ਦਿੱਤਾ ਤੇ ਦੇਣਾ ਬਣਦਾ ਵੀ ਹੈ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਮਾਣ ਸਤਿਕਾਰ ਪੂਰਾ ਠੋਕ ਕੇ ਰੱਖਿਓ ਦੇਖੋ ਆਹ ਗੱਲ ਹੁਣ ਸਮਝ ਲਿਓ ਮੇਰੀ ਇੱਕ ਗੱਲ ਧਿਆਨ ਨਾਲ ਖੱਟੜ ਸਾਹਿਬ ਤਾਂ ਉੱਥੇ ਜਾ ਕੇ ਮੋਦੀ ਸਾਹਿਬ ਨੂੰ ਕਹਿ ਸਕਦੇ ਨੇ ਕਿਸਾਨਾਂ ਦੀ ਗੱਲ ਹੈ ਕਿਉਂਕਿ ਇਹ ਤਾਂ ਇੱਕ ਸਕੂਲ 'ਚ ਪੜ੍ਹੇ ਨੇ ਤੁਹਾਨੂੰ ਪਤਾ ਉਹ ਸਕੂਲ ਕਿਹੜਾ ਇੱਕ ਦੂਜੇ ਦੇ ਜਮਾਤੀ ਨੇ ਦੋਵੇਂ ਜਣੇ ਤੁਹਾਨੂੰ ਪਤਾ ਇਹ ਸਕੂਲ ਕਿਹੜਾ ਉਹ ਤੋਂ ਬਾਅਦ ਚਟਾਲਾ ਸਾਹਿਬ ਤੁਸੀਂ ਕਿਸਾਨਾਂ ਦੇ ਨਾਂ ਤੇ ਪਾਰਟੀ ਬਣਾਈ ਤੁਸੀਂ ਸਾਰਾ ਕੁਝ ਕੀਤਾ ਅੱਜ ਤੁਸੀਂ ਕਹਿ ਰਹੇ ਹੋ ਜੀ ਵੀ ਜੇ MSP ਲਿਖਤੀ ਰੂਪ 'ਚ ਲਾਗੂ ਨਾ ਕੀਤੀ ਗਈ ਮੈਂ ਅਸਤੀਫਾ ਦੇ ਦੂੰਗਾ MSP ਦਾ ਤਾਂ ਕੋਈ ਮੁੱਦਾ ਹੀ ਨਹੀਂ ਹੈਗਾ ਮੁੱਦਾ ਇਹ ਹੈ ਵੀ ਜਿਹੜਾ ਬੰਦਾ MSP ਤੋਂ ਥੱਲੇ ਫਸਲ ਚੱਕੂਗਾ ਉਹਦੇ ਤੇ ਪਰਚਾ ਦੋ ਪਰਚਾ MSP ਦਾ ਬਾਕੀ 29 ਫਸਲਾਂ ਤੇ ਲਾਗੂ ਹੈ ਕੀ ਕਰ ਲੈਣੇ ਮੱਕੀ ਤੇ MSP ਹੈ ਮਿਲਦਾ MSP ਕੀ ਮਿਲਦਾ ਸਾਨੂੰ ਕੁਛ ਨਹੀਂ ਮਿਲਦਾ ਇਹ ਬਿੱਲ ਵੀ ਪਾਸ ਕਿਵੇਂ ਹੋਏ ਨੇ ਬਿੱਲਾਂ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਤੁਹਾਡੇ ਕੋਲ ਮੋਬਾਈਲ ਨੇ ਕਿਵੇਂ ਇਹਨਾਂ ਨੇ ਇੱਕ ਦੂਜੇ 'ਚ ਘੁੰਡੀਆਂ ਫਸਾਈਆਂ ਨੇ ਆੜਤੀ ਹੈ ਨਾ ਜੀ ਜਿਹੜਾ ਆੜਤੀ ਆ ਉਹ ਇੱਕ ਸਾਡੇ ਪਰਿਵਾਰ ਦਾ ਮੈਂਬਰ ਹੈ ਉਹਨੂੰ ਵਿਆਜ ਦਾ ਲਾਲਚ ਹੈ ਸਾਨੂੰ ਐ ਵੀ ਜਦੋਂ ਅਸੀਂ ਝੋਲਾ ਚੱਕ ਕੇ ਆੜਤੀ ਕੋਲ ਜਾਂਦੇ ਹਾਂ ਸਾਨੂੰ ਖਾਲੀ ਨਹੀਂ ਮੋੜਦਾ ਸਾਡੀ ਕੁੜੀ ਦਾ ਵਿਆਹ ਤਾਂ ਆੜਤੀ ਕੋਲ ਟਰੈਕਟਰ ਲੈਣਾ ਤਾਂ ਆੜਤੀ ਕੋਲ ਜਦੋਂ ਤੁਸੀਂ ਉਹ ਵਿੱਚੋਂ ਮੰਡੀ ਚੱਕਤੀ ਤਾਂ ਸਾਡੇ ਪਿੱਛੇ ਕੀ ਰਹਿ ਜੂਗਾ ਕੋਈ ਵੀ ਬੰਦਾ ਆਊਗਾ ਦੇਖੋ ਫਿਲਮ ਕਿਸਾ ਪਾਸ ਕੀਤਾ ਇੱਕ ਪੈਨ ਕਾਰਡ ਬਣਾ ਲਿਆ ਮੰਡੀ ਦੇ ਬਾਹਰ ਓਪਨ ਮੰਡੀ ਕੋਈ ਵੀ ਬੰਦਾ ਆਵੇ ਯੂਪੀ ਤੋਂ ਆਵੇ ਮਹਾਰਾਸ਼ਟਰ ਤੋਂ ਆਵੇ ਇੱਕ ਪੈਨ ਕਾਰਡ ਤੇ ਸਾਡੀ ਫਸਲ ਲੈ ਕੇ ਜਾਂਦਾ ਰਹੇ ਤੇ ਅਸੀਂ ਮੁੜ ਤੇ ਪਿੱਛੋਂ ਲੱਭੀ ਜਾਈਏ ਵੀ ਕਿੱਥੇ ਗਿਆ ਪਹਿਲਾ ਨਾਕਾਮ ਬਿੱਲ ਦੂਜਾ ਕੰਟਰੈਕਟ ਫਾਰਮਿੰਗ ਆਖੇ ਜੀ ਇੱਕ ਮੇਰੀ ਨਾ ਕਿਸੇ ਵੱਡੇ ਆਗੂ ਨਾਲ ਗੱਲ ਹੋਈ ਇਹਨਾਂ ਦੀ ਪਾਰਟੀ ਦਾ ਹੀ ਸੀਗਾ BJP ਦਾ ਮੈਂ ਕਿਹਾ ਤੁਸੀਂ ਇਹਨਾਂ ਬਿੱਲਾਂ ਦੇ ਵਿੱਚ ਚਲੋ ਬਿੱਲ ਤਾਂ ਮਾਰੂ ਹੈਗੇ ਹੀ ਨੇ ਤੁਸੀਂ ਦੱਸੋ ਕੋਰਟ ਕਿਉਂ ਨਹੀਂ ਰੱਖਿਆ ਵੀ ਕਿਸਾਨ ਆਪਣੇ ਹੱਕ ਲਈ ਕੋਰਟ 'ਚ ਜਾਵੇ
ਤੁਸੀਂ ਐਸਡੀਐਮ ਲੈਵਲ ਤੱਕ ਕਿਉਂ ਗੱਲ ਸੀਮਤ ਕਰਤੀ ਹੋ ਮੈਨੂੰ ਪਤਾ ਕੀ ਕਹਿੰਦਾ ਭਾਈ ਸਾਹਿਬ ਕਿਸਾਨ ਕਹਾਂ ਪਰ ਕੋਰਟ ਮੇ ਲੜਨਗੇ ਕਿਸਾਨ ਕੇ ਪਾਸ ਤੋਂ ਇਤਨਾ ਟਾਈਮ ਨਹੀਂ ਹੈ ਇਤਨਾ ਪੈਸਾ ਨਹੀਂ ਹੈ ਕਿ ਕਿਸਾਨ ਕੋਰਟ ਮੇ ਜਾਏ ਮੈਂ ਕਿਹਾ ਗੱਲ ਸੁਣ ਲਾ ਉੱਥੇ ਇਹਨੂੰ ਮੈਂ ਸਟਾਪ ਕਰਤਾ ਮੈਂ ਕਿਹਾ ਗੱਲ ਸੁਣ ਲੈ ਜਿੰਨੇ ਵਕੀਲ ਜਿੰਨੇ ਜੱਜ ਜੇ ਇਹਨਾਂ ਦੇ ਘਰ ਚੱਲਦੇ ਨੇ ਨਾ ਸਾਡੇ ਆ ਕੇਸਾਂ ਦੇ ਸਿਰ ਤੋਂ ਚੱਲਦੇ ਨੇ ਜੇ ਅੱਜ ਇਸ ਹਕੂਮਤ ਤੇ ਰਾਜ ਕਰਦੇ ਨੇ ਨਾ ਇਹਨਾਂ ਨੇ ਏਡੀਆਂ ਏਡੀਆਂ ਲੀਡਰੀਆਂ ਲੈ ਲਈਆਂ ਵੱਡੇ ਵੱਡੇ ਆਗੂ ਬਣ ਗਏ ਤਾਂ ਸਾਡੇ ਕੇਸ ਚੱਲਦੇ ਨੇ ਤੁਹਾਡੇ ਨਹੀਂ ਚੱਲਦੇ ਪੰਜਾਬ ਹਰਿਆਣਾ ਹਾਈ ਕੋਰਟ ਚ ਪੁੱਛ ਕੇ ਦੇਖ ਲਓ ਪਿੰਡਾਂ ਵਾਲਿਆਂ ਦੇ 80% ਕੇਸ ਨੇ ਸਿੱਧੇ ਤੌਰ ਤੇ ਤੁਹਾਡੀ ਅੱਖ ਮੈਲੀ ਹੈ ਤਾਂ ਤੁਸੀਂ ਉਹਦੇ ਵਿੱਚ ਹਾਈ ਕੋਰਟ ਇਨਵੋਲਵ ਨਹੀਂ ਕੀਤਾ ਦੇਖੋ ਐਸਡੀਐਮ ਕਿਵੇਂ ਮਸਲਾ ਹੱਲ ਕਰ ਲੂਗਾ ਦੱਸੋ ਤੁਸੀਂ ਦੱਸੋ ਅੱਜ ਤੱਕ ਅਡਾਨੀ ਅਬਾਨੀ ਜਦੋਂ ਰਹੋਗੇ ਕੋਈ ਐਸਡੀਐਮ ਦੀ ਪਾਵਰ ਹੈ ਐਸਡੀਐਮ ਤਾਂ ਐਮਐਲਏ ਮੁਰੇ ਵੀ ਅੱਖ ਚੱਕਦਾ ਉਹਨਾਂ ਮੁਰੇ ਕਿੱਥੋਂ ਚੱਕ ਲੂਗਾ ਨਾਲੇ ਬਾਈ ਜੀ ਇਹ ਜਿਹੜਾ ਪ੍ਰਸ਼ਾਸਨ ਹੈ ਉਹ ਬੰਦੇ ਵੀ ਆਪਣੇ ਲੈ ਕੇ ਆਉਣਗੇ ਕੋਰਟ ਦਾ ਲਾਜ਼ਮੀ ਹੋਣਾ ਵਿੱਚ ਕਿਉਂ ਸੀ ਕਿਉਂਕਿ ਜ਼ਿਮੀਂਦਾਰ ਵੱਟ ਪਿੱਛੇ ਆਪਣੇ ਭਰਾ ਦੇ ਗੋਲੀ ਮਾਰ ਦਿੰਦਾ ਇਹ 'ਚ ਕੋਈ ਸ਼ੱਕ ਨਹੀਂ ਤਾਂ ਜਦੋਂ ਹਾਂ ਚੱਕ ਦਿਆਂਗੇ ਦੇਖੋ ਚੱਕਣ ਨੂੰ ਤਿਆਰ ਬੈਠੇ ਹਾਂ ਕੋਈ ਸ਼ੱਕ ਨਹੀਂ ਚੱਕ ਹੀ ਦਿਆਂਗੇ